ਪੁਲਿਸ ਚੌਂਕੀ ਦੇ ਸ਼ੀਸ਼ੇ ਤੋੜਨ ਅਤੇ ਪੁਲਿਸ ਮੁਲਾਜ਼ਮ ਦੀ ਖਿੱਚਤੂ ਕਰਕੇ ਵਰਦੀ ਫਾੜਨ ਅਤੇ ਇੱਕ ਵਾਰਡ ਅਟੈਂਡੈਂਟ ਦੇ ਥੱਪੜ ਮਾਰਨ ਦੇ ਮਾਮਲੇ ਦੇ ਵਿੱਚ ਦੋ ਨੂੰ ਕੀਤਾ ਗਿਆ ਗ੍ਰਿਫਤਾਰ। SHO ਕੋਤਵਾਲੀ ਨੇ ਦਿੱਤੀ ਜਾਣਕਾਰੀ। ਬੁੱਧਵਾਰ ਨੂੰ 12 ਵਜੇ ਦੇ ਲਗਭਗ SHO ਕੋਤਵਾਲੀ ਦਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 27 ਤਰੀਕ ਨੂੰ ਮਹਿਤਾ ਪਿੰਡ ਵਿਖੇ ਇੱਕ ਲੜਾਈ ਦੇ ਮਾਮਲੇ ਦੇ ਵਿੱਚ ਦੋ ਪਾਰਟੀਆਂ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਹੋਈਆਂ ਸਨ, ਤਾਂ ਉੱਥੇ ਜਿੱਥੇ ਇੱਕ ਵਾਰਡ ਅਟੈਂਡੈਂਟ ਇੱਕ ਮਰੀਜ਼ ਦਾ ਇਲਾਜ ਕਰ ਰਿਹਾ ਸੀ ਤਾਂ ਦੂਜੀ ਪਾਰਟੀ ਆ ਗਈ ਅਤੇ ਉਸ ਦੇ ਨਾਲ ਹੱਥੋਪਾਈ ਦੇ ਵਿੱਚ ਉਹਨਾਂ ਵੱਲੋਂ ਵਾਰਡ ਅਟੈਂਡੈਂਟ ਦੇ ਵੀ ਥੱਪੜ ਮਾਰੇ ਗਏ ਅਤੇ ਉਸ ਤੋਂ ਬਾਅਦ ਜਦੋਂ ਇੱਕ ਵਿਅਕਤੀ ਨੂੰ ਉਹਨਾਂ ਵੱਲੋਂ ਹਸਪਤਾਲ ਚੌਂਕੀ ਦੇ ਅੰਦਰ ਲਿਜਾਇਆ ਗਿਆ ਤਾਂ ਫਿਰ ਉਸ ਪਾਰਟੀ ਨੇ ਹਸਪਤਾਲ ਚੌਂਕੀ ਦੇ ਅੰਦਰ ਆ ਕੇ ਜਿੱਥੇ ਪੁਲਿਸ ਮੁਲਾਜ਼ਮ ਦੇ ਨਾਲ ਹੱਥੋਪਾਈ ਕੀਤੀ ਉੱਥੇ ਉਸਦੀ ਵਰਦੀ ਤੱਕ ਫਾੜ ਦਿੱਤੀ ਗਈ, ਜਿਸ ਨੂੰ ਲੈ ਕੇ ਇਹਨਾਂ ਵੱਲੋਂ ਸਖ਼ਤ ਧਰਾਵਾਂ ਲਗਾ ਕੇ ਮਾਮਲਾ ਦਰਜ ਕੀਤਾ ਗਿਆ ਅਤੇ ਜਿਸ ਦੇ ਵਿੱਚ ਦੋ ਵਿਅਕਤੀਆਂ ਨੂੰ ਇਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ। ਅੱਜ ਬੁੱਧਵਾਰ ਨੂੰ ਇਹਨਾਂ ਦਾ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ ਅਤੇ ਇਹਨਾਂ 'ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਹਸਪਤਾਲ ਚੌਂਕੀ ਦੇ ਕੁਝ ਲੋਕਾਂ ਵੱਲੋਂ ਸ਼ੀਸ਼ੇ ਵੀ ਤੋੜੇ ਗਏ ਸੀ ਅਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਹੱਥੋਪਾਈ ਦੇ ਵਿੱਚ ਉਹਨਾਂ ਦੇ ਸੱਟਾਂ ਵੀ ਲੱਗੀਆਂ ਸਨ ਅਤੇ ਪੁਲਿਸ ਮੁਲਾਜ਼ਮਾਂ ਦੀ ਵਰਦੀ ਤੱਕ ਫਾੜ ਦਿੱਤੀ ਗਈ ਸੀ, ਜਿਸ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ ਹੈ। ਮਾਮਲਾ ਦਰਜ ਕਰਕੇ ਦੋ ਲੋਕਾਂ ਨੂੰ ਇਹਨਾਂ ਵੱਲੋਂ ਕੱਲ੍ਹ ਗ੍ਰਿਫਤਾਰ ਕੀਤਾ ਗਿਆ ਅਤੇ ਅੱਜ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਇਹਨਾਂ ਦਾ ਮੈਡੀਕਲ ਕਰਵਾਇਆ ਗਿਆ। ਸਿਵਲ ਹੋਸਪਿਟਲ ਜਿਹੜੀ ਚੌਂਕੀ ਹੈਗੀ ਆ ਉੱਥੇ ਉੱਥੇ ਦੋ ਪਾਰਟੀਆਂ ਅਤੇ ਮਹਿਤੇ ਪਿੰਡ ਦੀ ਕਿਤੇ ਲੜਾਈ ਹੋਈ ਸੀ। ਉਹ ਇੱਕ ਪਾਰਟੀ ਜਦੋਂ ਉੱਥੇ ਇੱਕ ਪਾਰਟੀ ਮਨਪ੍ਰੀਤ ਸਿੰਘ ਨਾਮ ਦੀ ਜਿਹੜੀ ਪਾਰਟੀ ਸੀ ਉਹਦੇ ਕੋਈ ਜਿਹੜਾ ਵਾਰਡ ਅਟੈਂਡੈਂਟ ਆ ਮਾਈਨਰ ਓਟੀ ਦੇ ਵਿੱਚ ਉਹ ਸਕਿਟਿੰਗ ਵਗੈਰਾ ਕਰ ਰਿਹਾ ਸੀ ਤਾਂ ਦੂਜੀ ਪਾਰਟੀ ਵੀ ਉੱਥੇ ਆ ਗਈ। ਉਹ ਦੋਵੇਂ ਪਾਰਟੀਆਂ ਉੱਥੇ ਇੱਕ ਦੂਜੇ ਨਾਲ ਦੱਸਣ ਲੱਗ ਗਈਆਂ ਜਾਂ ਫਿਰ ਵੀ ਹੋਣ ਲੱਗ ਗਈਆਂ। ਜਦੋਂ ਵਾਰਡ ਅਟੈਂਡੈਂਟ ਸੀ ਸੁਖਜੀਤ ਸਿੰਘ ਨਾਮ ਦਾ ਜਿਹੜਾ ਵਾਰਡ ਅਟੈਂਡੈਂਟ ਸਿਵਲ ਹਸਪਤਾਲ ਦੇ ਵਿੱਚ ਲੱਗਿਆ, ਜਦੋਂ ਉਹਨਾਂ ਨੇ ਉਹਨਾਂ ਨੂੰ ਫੜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਨਾਲ ਵੀ ਉਹਨਾਂ ਨੇ ਜਿਹੜੇ ਮੂੰਹ ਦੇ ਉਹਦੇ ਥੱਪੜ ਥੱਪੜ ਲਾ ਦਿੱਤੇ ਸੀਗੇ, ਜਿਸ 'ਤੇ ਆਪਾਂ ਬੰਦਾ ਰਾਊਂਡ ਅਪ ਕਰਕੇ ਉੱਥੇ ਲੈ ਆਉਂਦਾ। ਪਰ ਜਿਹੜੀ ਉਹ ਚੌਂਕੀ ਲੈ ਆਉਂਦਾ ਸੀ ਸਿਵਲ ਹਸਪਤਾਲ, ਪਰ ਜਦੋਂ ਚੌਂਕੀ ਲਿਆਉਂਦਾ ਗਿਆ ਤਾਂ ਜਿਹੜੇ ਉਹਦੇ ਨਾਲ ਦੇ ਸਾਥੀ ਸੀ ਮਨਪ੍ਰੀਤ ਸਿੰਘ ਪਾਰਟੀ ਨਾਲ ਦੇ, ਉਹਨਾਂ ਨੇ ਆ ਕੇ ਚੌਂਕੀ ਦੇ ਵਿੱਚ ਉੱਥੇ ਆਪਣੇ ਮੁਲਾਜ਼ਮ ਦੀ ਖਿੱਚਧੂ ਕੀਤੀ, ਉਹਨਾਂ ਦੀ ਜਿਹੜੀ ਵਰਦੀ ਵਗੈਰਾ ਖਿੱਚਧੂ ਦੇ ਵਿੱਚ ਜਿਹੜੀ ਫਾੜੀ ਹੈ ਅਤੇ ਇੰਟੈਂਸ਼ਨਲੀ ਕੀਤਾ ਇਹਨਾਂ ਨੇ ਸਾਰਾ ਕੁਛ। ਉਹਨਾਂ ਜਾਣਕਾਰੀ ਸੀਗੀ ਇਹ ਪੁਲਿਸ ਮੁਲਾਜ਼ਮ, ਉਹਨਾਂ ਨੂੰ ਦੱਸਿਆ ਵੀ ਗਿਆ ਆਪਣੇ ਮੁਲਾਜ਼ਮ ਵੱਲੋਂ, ਅਤੇ ਉਸ ਦੇ ਸੰਬੰਧ ਵਿੱਚ ਅਸੀਂ ਇੱਕ ਜਿਹੜਾ ਸਟਰੋਂਗ ਜਿਹੜੀ FIR ਆ ਜਿਹੜੇ ਅਕਿਊਜ਼ ਸੀਗੇ ਉਹਨਾਂ 'ਤੇ ਕਰਤੀ ਹੈ ਅਤੇ ਦੋ ਅਕਿਊਜ਼ ਅਸੀਂ ਆ ਜਿਹੜੇ ਗੱਲ ਆ ਰਾਊਂਡ ਅਪ ਕਰਕੇ ਉਹਨਾਂ ਦੀ ਅਰੈਸਟ ਪਾ ਲਈ ਹੈ। ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਆ ਅਤੇ ਜਿਹੜੀ ਇਹੋ ਜਿਹੇ ਜਿਹੜੇ ਵੀ ਕੋਈ ਕ੍ਰਿਮੀਨਲ ਐਲੀਮੈਂਟ ਹੈਗੇ ਆ ਜਿਹੜੇ ਪੁਲਿਸ ਨਾਲ ਬਦਤਮੀਜ਼ੀ ਕਰਦੇ ਆ, ਅਸੀਂ ਬਿਲਕੁਲ ਵੀ ਸਪੇਅਰ ਕਰਾਂਗੇ ਉਹਨਾਂ ਨੂੰ, ਅਸੀਂ ਉਹਨਾਂ ਦੇ ਠੋਕੇ ਪਰਚੇ ਦੇਵਾਂਗੇ ਅਤੇ ਇੱਕ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਜਿਸ ਤਰ੍ਹਾਂ ਅਸੀਂ ਆਹ ਲਿਆਂਦੇ। ਸ਼ੀਸ਼ੇ ਵੀ ਤੋੜੇ ਗਏ ਚੁੱਕੇ? ਹਾਂ, ਸ਼ੀਸ਼ੇ ਟੁੱਟੇ ਆ ਜੀ। ਉਹਦੇ ਬਾਰੇ ਅਸੀਂ ਚੈੱਕ ਕਰ ਰਹੇ ਹਾਂ, ਰਿਕਾਰਡ ਚੈੱਕ ਕਰ ਰਹੇ ਹਾਂ ਇਹਨਾਂ ਦਾ ਸਾਰਾ ਕ੍ਰਿਮੀਨਲ ਰਿਕਾਰਡ, ਜਿੰਨੀਆਂ ਵੀ ਇਹਨਾਂ ਦੇ ਖਿਲਾਫ਼ ਕੋਈ ਕ੍ਰਿਮੀਨਲ ਕੰਪਲੇਂਟ ਪੈਂਡਿੰਗ ਆ ਉਹ ਸਾਰੀਆਂ ਚੀਜ਼ਾਂ ਅਸੀਂ ਚੈੱਕ ਕਰ ਰਹੇ ਹਾਂ। ਆਪਸ ਵਿੱਚ ਰੌਲਾ ਕੀ ਸੀ ਉਹਨਾਂ ਦਾ? ਇਹਨਾਂ ਦੇ ਪਿੱਛੋਂ ਕੋਈ ਮਤੇ ਪਿੰਡ ਲੜਾਈ ਹੋਈ ਹੈ ਕੋਈ ਇਹਨਾਂ ਦੀ ਆਪਸ ਦੇ ਵਿੱਚ? ਅੱਜ ਸਿਰਫ ਜਸਟ ਇਹ ਰੈਫਰ ਹੋ ਕੇ ਆਏ ਸੀਗੇ ਕਿਉਂਕਿ ਇਹਨਾਂ ਦੇ ਸੱਟਾਂ ਲੱਗੀਆਂ ਸੀਗੀਆਂ ਅਤੇ ਜਦੋਂ ਇਹ ਸੱਟਾਂ ਲੱਗਣ ਕਰਕੇ ਫਿਰ ਬਸ ਇਹਨਾਂ ਨੇ ਡਾਕਟਰਸ ਦੇ ਨਾਲ ਜਿਹੜੇ ਉੱਥੇ ਵਾਰਡ ਅਟੈਂਡੈਂਟ ਸੀ ਕਰਮਚਾਰੀ ਉਹਨਾਂ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ।